ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਲਾਮ ਨਮਸਕਾਰ ਤੁਹਾਡੇ ਚੈਨਲ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਕਰਦੇ ਹਾਂ ਉਹਨਾਂ ਵੀਰਾਂ ਪੈਣਾ ਬਜ਼ੁਰਗਾਂ ਦਾ ਬੱਚਿਆਂ ਦਾ ਸਾਰਿਆਂ ਦਾ ਜਿਨ੍ਹਾਂ ਨੇ ਚੈਨਲ ਨੂੰ ਆਲਰੇਡੀ ਸਬਸਕ੍ਰਾਈਬ ਕੀਤਾ ਹੋਇਆ ਹੈ ਤੇ ਇੱਥੇ ਦੱਸ ਦਈਏ ਕਿ ਸਬਸਕ੍ਰਾਈਬ ਕਰਨਾ ਵੀ ਚਾਹੀਦਾ ਹੈ ਕਿਉਂਕਿ ਅਸੀਂ ਜਿਹੜੀ ਵੀਡੀਓ ਹੈ ਜੀ ਡੇਲੀ بیسਸ 'ਤੇ ਤੁਹਾਡੇ ਵਾਸਤੇ ਲੈ ਕੇ ਆਉਂਦੇ ਹਾਂ ਤੇ ਤੁਸੀਂ ਜਿਹੜਾ ਸਾਡਾ ਇੰਨਾ ਛੋਟੀ ਜਿਹੀ ਹੈਲਪ ਕਰ ਸਕਦੇ ਹੋ ਜਿਸ ਦੇ ਨਾਲ ਚੈਨਲ ਦੀ ਰੈਪਿਊਟੇਸ਼ਨ ਹੀ ਬਣਦੀ ਹੈ ਬਾਕੀ ਕੱਲ ਦੀ ਵੀਡੀਓ ਵਿੱਚ ਕੁਝ ਜਿਹੜੇ ਵੀਰਾਂ ਦੇ ਸਾਨੂੰ ਕਮੈਂਟ ਆਏ ਸਨ ਜਿਹਦੇ ਵਿੱਚ ਉਹ ਇਹ ਦੱਸ ਰਹੇ ਨੇ ਕਿ ਅਲੱਗ-ਅਲੱਗ ਲਾਕੀਆਂ ਦੇ ਵਿੱਚ ਜਿਹੜਾ ਉਹਨਾਂ ਨੂੰ 1 ਘੰਟੇ ਦਾ ਕੀ ਰੇਟ ਮਿਲ ਰਿਹਾ ਹੈ ਤੁਸੀਂ ਜਿਹੜਾ ਕਮੈਂਟ ਦੇ ਵਿੱਚ ਜਾ ਕੇ ਵੀ ਇਸ ਚੀਜ਼ ਨੂੰ ਖੁਦ ਚੈੱਕ ਕਰ ਸਕਦੇ ਹੋ ਸਭ ਤੋਂ ਪਹਿਲਾਂ ਤੁਹਾਨੂੰ ਦੱਸਦੇ ਹਾਂ ਕਿ ਹਿਊਮੈਨਿਟੀ 36 22 ਇਹਨਾਂ ਦਾ ਜਿਹੜਾ ਕਮੈਂਟ ਆਇਆ ਹੈ ਇਹ ਕਹਿੰਦੇ ਹਨ ਕਿ ORC ਨੋਵੀਬ੍ਰੇਸ਼ੀਆ ਦੇ ਵਿੱਚ ਇਹਨਾਂ ਨੂੰ 10 ਯੂਰੋ 1 ਘੰਟੇ ਦਾ ਰੇਟ ਜਿਹੜਾ ਮਿਲਦਾ ਹੈ ਤੇ ਦੂਜੇ ਪਾਸੇ ਹੈ ਜੀ ਇੱਕ ਹੋਰ ਕਮੈਂਟ ਆਇਆ ਵੀਰ ਦਾ ਬਾਂਸワਤ ਸੈਣੀ 175 ਇਹਨਾਂ ਨੇ ਕਿਹਾ ਕਿ ਪਚੈਂਸਾ ਦੇ ਵਿੱਚ ਇਹਨਾਂ ਨੂੰ 5 ਯੂਰੋ ਘੰਟੇ ਦੇ ਮਿਲ ਰਹੇ ਹਨ ਅੱਗੇ ਹੈ ਜੀ ਗੁਰਮਿੰਦਰ ਸਿੰਘ 5503 ਇਹਨਾਂ ਨੇ ਦੱਸਿਆ ਕਿ ਕਦੂਨੀਆਂ ਦੇ ਵਿੱਚ ਕਦੂਨੀਆਂ ਲੋਦੀ ਜਿੱਥੇ ਕਿ 7 ਯੂਰੋ ਇਹਨਾਂ ਨੂੰ ਮਿਲਦੇ ਹਨ ਇੱਕ ਦੁਨੀਆ ਲੋਦੀ ਉਹ ਹੀ ਇਲਾਕਾ ਹੈ ਜਿੱਥੇ ਸਭ ਤੋਂ ਪਹਿਲਾਂ ਜਿਹੜਾ ਕਰੋਨਾ ਵਾਇਰਸ ਸ਼ੁਰੂ ਹੋਇਆ ਸੀ ਮਲਕੀਤ ਸਿੰਘ ਕਹਿ ਰਹੇ ਹਨ ਕਿ ਸਜਹਰਾ ਦੇ ਵਿੱਚ ਇਹਨਾਂ ਨੂੰ 11 ਯੂਰੋ ਤੇ 50 ਸੈਂਟ ਦਾ ਜਿਹੜਾ ਰੇਟ ਲੱਗ ਰਿਹਾ ਹੈ ਜਤਿੰਦਰ ਕੌਰ 7356 ਕਹਿ ਰਹੇ ਹਨ ਕਿ ਇਹਨਾਂ ਦਾ ਬਰੇਸ਼ੀਆ ਦੇ ਵਿੱਚ 8 ਯੂਰੋ ਪ੍ਰਤੀ ਘੰਟੇ ਦੇ ਹਿਸਾਬ ਨਾਲ ਇਹਨਾਂ ਨੂੰ ਪੈਸੇ ਮਿਲਦੇ ਹਨ ਕੁਲਵਿੰਦਰ ਰਾਮ 5793 ਬਾਜ਼ਿਆਨੋ ਦੇ ਵਿੱਚ 7 ਯੂਰੋ ਤੇ 76 ਸੈਂਟ ਮਿਲ ਰਿਹਾ ਹੈ ਅੱਗੇ ਹੈ ਜੀ ਜਰਨਲ ਸੋਕਰ ਮੋਂਸਾ ਦੇ ਵਿੱਚ ਇਹਨਾਂ ਨੂੰ 9 ਯੂਰੋ ਤੇ 70 ਸੈਂਟ ਘੰਟੇ ਦਾ ਰੇਟ ਮਿਲ ਰਿਹਾ ਹੈ ਉਸ ਤੋਂ ਅੱਗੇ ਹੈ ਜੀ ਇੰਦਰਜੀਤ ਚਾਹਲ 3736 ਪਦੀਨਾ ਦਰੀਜ਼ੋਨਾ ਇਹਦੇ ਵਿੱਚ ਕਹਿੰਦਿਆਂ ਕਿ ਇਹਨਾਂ ਨੂੰ 12 ਯੂਰੋ ਘੰਟੇ ਦਾ ਰੇਟ ਲੱਗ ਰਿਹਾ ਹੈ। ਕੁਲਵੀਰ ਸ਼ਿਰਗਲ 9681 ਕੋਨੇਓ ਦੇ ਵਿੱਚ 10 ਯੂਰੋ ਮੁਹੰਮਦ ਆਮੀਰ 8102 ਇਹ ਕਹਿੰਦਿਆਂ ਕਿ ਇਹਨਾਂ ਨੂੰ ਜਿਹੜਾ ਮਲਾਨੋ ਦੇ ਵਿੱਚ 8.5 ਯੂਰੋ ਜਿਹੜਾ ਪ੍ਰਤੀ ਘੰਟੇ ਦੇ ਹਿਸਾਬ ਦੇ ਨਾਲ ਰੇਟ ਲੱਗ ਰਿਹਾ ਹੈ। ਤੇ ਹੋਰ ਵੀ ਬਹੁਤ ਸਾਰੇ ਵੀਰਾਂ ਨੇ ਜਿਹੜੇ ਕਮੈਂਟ ਕੀਤੇ ਹਨ। ਹੁਣ ਚਲਦੇ ਹਾਂ ਜੀ ਯੂਰੋ ਦੇ ਰੇਟ ਉੱਪਰ ਕੱਲ੍ਹ ਨਾਲੋਂ ਜਿਹੜਾ ਯੂਰੋ ਦਾ ਰੇਟ ਕੱਟ ਚੁੱਕਾ ਹੈ 90 ਰੁਪਏ 40 ਪੈਸੇ ਤੇ ਆ ਚੁੱਕਾ ਹੈ। ਇੰਗਲੈਂਡ ਦਾ 1 ਪਾਉਂਡ 105 ਰੁਪਏ 95 ਪੈਸੇ ਕੈਨੇਡਾ ਡਾਲਰ 4.33 ਪੈਸੇ ਅਮਰੀਕਨ ਡਾਲਰ 83 ਰੁਪਏ 42 ਪੈਸੇ ਆਸਟ੍ਰੇਲੀਅਨ ਡਾਲਰ 57.53 ਤੇ ਬਿਟਕੋਇਨ ਦੀ ਗੱਲ ਕਰੀਏ ਤਾਂ ਬਿਟਕੋਇਨ ਪਿਛਲੇ ਸਾਲ 19000 ਡਾਲਰ ਦੇ ਉੱਤੇ ਚੱਲ ਰਿਹਾ ਸੀ ਤੇ ਅੱਜ ਇਸ ਦਾ ਰੇਟ ਹੈ ਜੀ ਬਹੁਤ ਜ਼ਿਆਦਾ ਉੱਪਰ ਜਾ ਚੁੱਕਾ ਹੈ 70000 ਡਾਲਰ ਦੇ ਉੱਤੇ ਪਹੁੰਚ ਚੁੱਕਾ ਹੈ ਅਗਲੀ ਖਬਰ ਦੇ ਤੇ ਚੱਲਦੇ ਹਾਂ ਅਗਲੀ ਖਬਰ ਜਿਹੜੀ ਹੈ ਜੀ ਇੱਕ ਘਰ ਦੇ ਨਾਲ ਸੰਬੰਧਤ ਹੈ ਵੀਰ ਦਾ ਕਮੈਂਟ ਹੈ ਕਿ ਉਹਨਾਂ ਨੇ ਜਿਹੜਾ ਨਵਾਂ-ਨਵਾਂ ਘਰ ਖਰੀਦਿਆ ਹੈ ਤੇ ਘਰ ਖਰੀਦਣ ਤੋਂ ਬਾਅਦ ਅਜੇ ਜਿਹੜਾ ਮੁਰੰਮਤ ਦਾ ਕੰਮ ਕਰਦੇ ਵਿੱਚ ਕਰਨਾ ਹੈ ਜਿਹੜਾ ਉਹਨਾਂ ਦਾ ਮੇਨਸ ਵਾਲੀ ਹੈ ਕਿ ਜਦੋਂ ਉਹਨਾਂ ਦੀ ਰਜਿਸਟਰੀ ਹੋ ਜਾਵੇਗੀ ਤੇ ਰੈ residense ਜਿਹੜਾ ਹੈ ਜੀ ਉਹਦੇ ਬਾਬਤ ਫਿਰ ਕੀ ਕੀਤਾ ਜਾਵੇਗਾ ਤੇ ਇਹਦੇ ਵਾਸਤੇ ਕੋਈ ਵੱਡੀ ਗੱਲ ਨਹੀਂ ਹੁੰਦੀ ਜਿੱਥੇ ਤੁਸੀਂ ਪੁਰਾਣੇ ਘਰ ਦੇ ਵਿੱਚ ਰਹਿ ਰਹੇ ਹੋ ਤੁਹਾਡਾ ਰੈ residense ਜਿਹੜਾ ਹੈ ਜੀ ਉਸ ਘਰ ਦਾ ਚੱਲ ਰਿਹਾ ਹੈ ਹੁਣ ਜਦੋਂ ਤੁਸੀਂ ਨਵੇਂ ਘਰ ਦੇ ਵਿੱਚ ਜਾਓਗੇ ਜਾਂ ਤੁਸੀਂ ਨਵਾਂ ਘਰ ਜਿਹੜਾ ਲੈ ਲਿਆ ਹੈ ਤੇ ਇਹ ਗੱਲ ਪੱਕੀ ਹੈ ਕਿ ਜਦੋਂ ਤੁਸੀਂ ਨਵੇਂ ਘਰ ਦੇ ਵਿੱਚ ਜਾਣ ਤੋਂ ਪਹਿਲਾਂ ਰਜਿਸਟਰੀ ਜਦੋਂ ਹੋ ਜਾਵੇਗੀ ਤਾਂ ਤੁਸੀਂ ਜਿਹੜਾ ਹੈ ਜੀ ਤੁਹਾਨੂੰ ਇੱਕ ਆਈਡੀਆ ਤਾਂ ਹੋਏਗਾ ਕਿ ਨਵੇਂ ਘਰ ਦੇ ਵਿੱਚ ਤੁਸੀਂ ਜਿਹੜਾ ਇੰਨੇ ਸਮੇਂ ਤੱਕ ਜਾਣਾ ਹੈ ਕਿਉਂਕਿ ਜਦੋਂ ਰਜਿਸਟਰੀ ਵਗੈਰਾ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਫਿਰ ਬੰਦਾ ਕੀ ਕਰਦਾ ਹੈ ਕਿ ਜਿਹੜੇ ਮਾਲਕ ਹੁੰਦਿਆਂ ਕਰਦੇ ਪੁਰਾਣੇ ਕਰਦੇ ਕਈ ਵਾਰ ਜਿਹ ਬੰਦਾ ਕਰਾਇਦੇ ਉੱਤੇ ਰਹਿੰਦਾ ਹੈ ਤੇ ਫਿਰ ਬੰਦਾ ਉਹਨਾਂ ਨੂੰ ਦੱਸ ਦਿੰਦਾ ਹੈ ਕਿ ਇੰਨੇ ਸਮੇਂ ਤੱਕ ਜਿਹੜਾ ਤੁਹਾਡਾ ਘਰ ਹੈ ਜੇ ਅਸੀਂ ਖਾਲੀ ਕਰਨਾ ਹੈ ਬਾਕੀ ਨਵੇਂ ਘਰ ਦੇ ਤੁਸੀਂ ਜੇ ਇਸ ਕਮੂਨੇ ਵਿੱਚ ਰਹਿ ਰਹੇ ਹੋ ਤੁਸੀਂ ਉਸ ਕੂਨ ਨੇ ਵਿੱਚ ਡਾਕੂਮੈਂਟ ਜਿਹੜੇ ਹਨ ਦਿਖਾ ਸਕਦੇ ਹੋ ਉਹਨਾਂ ਦੇ ਜਿਹੜੀ ਰੋਜੀ ਤੋਂ ਹੁੰਦੀ ਹੈ ਉੱਥੇ ਲਿਜਾਣੀ ਹੈ ਤੇ ਉਸ ਬੇਸ ਦੇ ਉੱਤੇ ਤੁਸੀਂ ਉਹਨਾਂ ਨੂੰ ਦੱਸ ਦੇਣਾ ਕਿ ਜਿਹੜਾ ਮੇਰਾ ਰੈਜੀਡੈਂਸ ਹੈ ਜੀ ਹੁਣ ਇਸ ਇਹਦੇ ਨਾਲ ਕੀ ਹੁੰਦਾ ਹੈ ਕਿ ਰੈ residense ਜਿਹੜਾ ਦੂਜੇ ਪਾਸਿਓਂ ਆਪਣੇ ਆਪ ਹੀ ਜਿਹੜਾ ਚੇਂਜ ਹੋ ਕੇ ਨਵੇਂ ਐਡਰੈਸ ਦੇ ਉੱਤੇ ਆ ਜਾਂਦਾ ਹੈ ਕੋਈ ਵੀ ਰੈ residense ਦੇ ਵਿੱਚ ਰੁਕਾਵਟ ਨਹੀਂ ਪੈਂਦੀ ਕਿਉਂਕਿ ਇਹਦੇ ਵਿੱਚ ਜਿਹੜੀ ਰੁਕਾਵਟ ਨਹੀਂ ਪੈਣੀ ਚਾਹੀਦੀ ਕਿਉਂਕਿ ਜਦੋਂ ਚੀਤਾ ਦੀ ਨਾਸਾ ਅਪਲਾਈ ਕਰਨੀ ਤਾਂ ਉਸ ਟਾਈਮ ਜਿਹੜੀ ਫਿਰ ਦਿੱਕਤ ਹੋਏਗੀ ਹੁਣ ਗੱਲ ਕਰ ਲਈਏ ਪੇਪਰਾਂ ਦੀ ਜਿਨ੍ਹਾਂ ਵੀਰਾਂ ਨੇ ਪੇਪਰ ਭਰਾਏ ਹਨ ਤੇ ਕਿਸੇ ਪੇਪਰ ਨਿਕਲਦੇ ਹਨ ਕਿਸੇ ਨਹੀਂ ਨਿਕਲਦੇ ਇਹਦੇ ਵਿੱਚ ਇਦਾਂ ਹੁੰਦਾ ਹੈ ਕਿ ਬੰਦਾ ਕਈ ਵਾਰ ਕੀ ਹੁੰਦਾ ਹੈ ਕਿ ਕਈ ਬੰਦੇ ਦੋ ਦੋ ਤਿੰਨ ਤਿੰਨ ਵਾਰ ਜਿਹੜੇ ਪੇਪਰ ਭਰਾ ਚੁੱਕੇ ਹਨ ਤੇ ਉਹਨਾਂ ਦੇ ਜਿਹੜੇ ਪੇਪਰ ਨਹੀਂ ਨਿਕਲੇ ਕਈ ਵਾਰ ਕਈਆਂ ਦਾ ਪੈਸਾ ਵੀ ਵੀਰਾਂ ਦਾ ਖਰਾਬ ਹੁੰਦਾ ਹੈ ਕਿਉਂਕਿ ਆਪਣੇ ਰਿਸ਼ਤੇਦਾਰ ਤੋਂ ਪੇਪਰ ਫਿਲ ਕਰਾਉਂਦਾ ਹੈ ਤਾਂ ਜਿਹੜੇ ਥੋੜੇ-ਬਹੁਤ ਪੈਸੇ ਉਹਨਾਂ ਦੇ ਵੀ ਪੱਲਿਓਂ ਲੱਗਦੇ ਹਨ ਰਿਸ਼ਤੇਦਾਰਾਂ ਦੇ ਕਿਉਂਕਿ ਉਹਨਾਂ ਨੇ ਥੋੜੇ-ਬਹੁਤ ਜਿਹੜੇ ਅੱਗੇ ਦਿੱਤੇ ਹੁੰਦੇ ਹਨ ਤੇ ਕਈ ਵਾਰ ਜਿਹੜੇ ਤੁਸੀਂ ਰਿਸ਼ਤੇਦਾਰ ਨੂੰ ਪੈਸੇ ਦਿੰਦੇ ਹੋ ਤੇ ਪੇਪਰ ਫਿਰ ਵੀ ਨਹੀਂ ਨਿਕਲਦੇ ਤੇ ਕਈ ਵਾਰ ਕੀ ਹੁੰਦਾ ਹੈ ਕਿ ਜਦੋਂ ਕੋੰਦਾ ਪੰਦਾ ਪਹਿਲੀ ਵਾਰ ਹੀ ਪੇਪਰ ਭਰੌਂਦਾ ਹੈ ਤੇ ਪਹਿਲੀ ਵਾਰ ਹੀ ਜਿਹੜਾ ਹੈ ਜੀ ਉਸ ਦਾ ਨੰਬਰ ਲੱਗ ਜਾਂਦਾ ਹੈ ਪੇਪਰ ਉਸੇ ਨਿਕਲ ਆਉਂਦੇ ਹਨ ਇਹ ਜਿਹੜਾ ਮੇਨ ਕਾਰਨ ਕੀ ਹੋ ਸਕਦਾ ਹੈ ਇੱਥੇ ਬਹੁਤੇ ਲੋਕ ਇਹ ਵੀ ਕਹਿੰਦਿਆਂ ਨੇ ਕਿ ਕਈ ਵਾਰ ਜਿਹੜਾ ਟਾਈਮ ਦਾ ਚੱਕਰ ਹੁੰਦਾ ਜਿੰਨਾ ਜ਼ਿਆਦਾ ਪਹਿਲਾਂ ਪੇਪਰ ਭਰਿਆ ਜਾਵੇ ਜਿੰਨਾ ਐਡਵਾਂਸ ਟਾਈਮ ਹੋਵੇ ਉਹਨੇ ਜ਼ਿਆਦਾ ਚਾਂਸ ਹੁੰਦੇ ਹਨ ਤੇ ਕਈ ਇਹ ਕਹਿੰਦੇ ਹਨ ਕਿ ਕੋਡ ਦਾ ਚੱਕਰ ਪੈਂਦਾ ਹੈ ਜਿਹੜਾ ਮਾਲਕ ਹੈ ਜੀ ਉਹ ਥੋੜਾ ਜ਼ਿਆਦਾ ਮਤਲਬ ਜੇ ਉਹ ਜ਼ਿਆਦਾ ਸੋਲਿਡ ਹੈ ਤਾਂ ਪੇਪਰ ਨਿਕਲਣ ਦੇ ਚਾਂਸ ਜ਼ਿਆਦਾ ਹੁੰਦੇ ਹਨ ਤਾਂ ਇੱਥੇ ਜਿਹੜੀ ਇੱਕ ਚੀਜ਼ ਪ੍ਰੈਕਟੀਕਲ ਦੇ ਵਿੱਚ ਦੇਖੀ ਹੈ ਕਿ ਇਹਦੇ ਵਿੱਚ ਇੱਕ ਲੱਕ ਜਿਸ ਨੂੰ ਆਪਾਂ ਕਹਿੰਦੇ ਆ ਕਿਸਮਤ ਉਹਦਾ ਜਿਹੜਾ ਜ਼ਿਆਦਾ ਯੋਗਦਾਨ ਹੁੰਦਾ ਹੈ ਇਹ ਕੁਝ ਲੋਕਾਂ ਦੇ ਇਹੋ ਜਿਹੇ ਵੀ ਪੇਪਰ ਨਿਕਲਦੇ ਦੇਖੇ ਹਨ ਜਿਨ੍ਹਾਂ ਨੇ ਪੇਪਰ ਭਰੇ ਹਨ ਆਪਣੇ ਉਹਨਾਂ ਬੰਦਿਆਂ ਦੇ ਕੰਮ ਛੁੱਟ ਚੁੱਕੇ ਸਨ ਫਿਰ ਵੀ ਉਹਨਾਂ ਲੋਕਾਂ ਦੇ ਜਿਹੜੇ ਪੇਪਰ ਨਿਕਲੇ ਜਿਨ੍ਹਾਂ ਦੇ ਉਹਨਾਂ ਨੇ ਪੇਪਰ ਭਰੇ ਹੋਏ ਸਨ ਤੇ ਬਹੁਤੇ ਲੋਕਾਂ ਦੇ ਇਹੋ ਜਿਹੇ ਵੀ ਪੇਪਰ ਨਿਕਲਦੇ ਦੇਖੇ ਜਿਨ੍ਹਾਂ ਦਾ ਟਾਈਮ ਜਿਹੜਾ ਸੀ ਕਾਫੀ ਲੇਟ ਸੀ ਫਿਰ ਵੀ ਲੰਬੇ ਸਮੇਂ ਤੋਂ ਬਾਅਦ ਜਿਹੜੇ ਉਹਨਾਂ ਦੇ ਪੇਪਰ ਨਿਕਲੇ ਸੋ ਇਹਦੇ ਵਿੱਚ ਇਹ ਨਹੀਂ ਕਿਹਾ ਜਾ ਸਕਦਾ ਕਿ ਟਾਈਮ ਦਾ ਜਿਹੜਾ ਜ਼ਿਆਦਾ ਇਪੋਰਟੈਂਸ ਹੈ ਜਾਂ ਹੋਰ ਚੀਜ਼ ਦੀ ਕੁਦਰਤੀ ਗੱਲ ਹੈ ਕਿ ਜਿਹੜੇ ਬੰਦੇ ਦੀ ਕਿਸਮਤ ਜਦੋਂ ਜ਼ੋਰ ਮਾਰਦੀ ਹੈ ਤ ਆਪਣੇ ਆਪ ਹੀ ਜਿਹੜਾ ਉਸ ਦਾ ਨੰਬਰ ਲੱਗਦਾ ਹੈ ਮੇਨ ਗੱਲ ਜਿਹੜੀ ਹੁੰਦੀ ਹੈ ਜੀ ਕਿਸਮਤ ਹੀ ਹੈ ਇਹ ਬਿਲਕੁਲ ਉਸੇ ਤਰ੍ਹਾਂ ਕੰਮ ਕਰਦੀ ਹੈ ਜਿੱਦਾਂ ਇਮੀਗ੍ਰੇਸ਼ਨ ਜਿਹੜਾ ਸਿਸਟਮ ਹੈ ਜਿਸ ਤਰ੍ਹਾਂ ਲਾਟਰੀ ਦੇ ਵਿੱਚ ਚੱਲਦਾ ਹੈ ਕਿ ਲਾਟਰੀ ਤੇ ਲੱਖਾਂ ਲੋਕ ਖਰੀਦਦੇ ਹਨ ਪਰੰਤੂ ਜਿਸ ਦੀ ਕਿਸਮਤ ਦੇ ਵਿੱਚ ਹੁੰਦਾ ਹੈ ਉਸ ਨੂੰ ਹੀ ਜਿਹੜਾ ਕਹੇ ਜੀ ਪੈਸਾ ਮਿਲਦਾ ਹੈ ਹੁਣ ਚਲਦੇ ਹਾਂ ਜੀ ਨੈਕਸਟ ਖ਼ਬਰ ਦੇ ਉੱਤੇ ਡੋਨਾਲਡ ਟਰੰਪ ਦੇ ਨਾਲ ਜਿਹੜੀ ਸਬੰਧਤ ਖ਼ਬਰ ਹੈ ਤੁਹਾਨੂੰ ਪਤਾ ਹੈ ਕਿ ਡੋਨਾਲਡ ਟਰੰਪ ਜਿਹੜੇ ਹਨ ਅਮਰੀਕਾ ਦੇ ਵਿੱਚ ਪਹਿਲਾਂ ਉੱਥੋਂ ਦੇ ਰਾਸ਼ਟਰਪਤੀ ਰਹਿ ਚੁੱਕੇ ਹਨ ਬਾਦ ਵਿੱਚ ਕੁਝ ਕੇਸਾਂ ਦੇ ਵਿੱਚ ਜਿਹੜਾ ਇਹਨਾਂ ਦਾ ਥੋੜਾ ਜਿਹਾ ਨੁਕਸਾਨ ਹੋਇਆ ਸੀ ਹੁਣ ਅਦਾਲਤੀ ਹੁਕਮਾਂ ਦੇ ਅਨੁਸਾਰ ਜਿਹੜਾ ਇਹਨਾਂ ਨੂੰ ਜੁਰਮਾਨਾ ਬਹੁਤ ਵੱਡਾ ਕੀਤਾ ਗਿਆ ਸੀ ਪਹਿਲਾਂ ਕਿਹਾ ਗਿਆ ਸੀ ਕਿ 464 ਮਿਲੀਅਨ ਅਮਰੀਕਨ ਡਾਲਰ ਜਿਹੜੇ ਹਨ ਜੀ ਇਹਨਾਂ ਨੂੰ ਪੇ ਕਰਨੇ ਪੈਣਗੇ ਬੇਲ ਦੇ ਵਾਸਤੇ ਕਿਉਂਕਿ ਇਹਨਾਂ ਦਾ ਇੱਕ ਕਪਲੇ ਦੇ ਵਿੱਚ ਜਿਹੜਾ ਨਾਮ ਜੋੜਿਆ ਜਾ ਰਿਹਾ ਸੀ ਇਨਫਲੇਟਡ ਐਸੈਟ ਸਕੈਮ ਪਰੰਤੂ ਹੁਣ ਜਿਹੜਾ ਹੈ ਜੀ ਅਦਾਲਤ ਦੇ ਵੱਲੋਂ ਵੀ ਕਿਹਾ ਗਿਆ ਹੈ ਰਿਹਾ ਕਿ 464 ਮਿਲੀਅਨ ਦੀ ਜਗ੍ਹਾ ਦੇ ਉੱਤੇ 175 ਮਿਲੀਅਨ ਡਾਲਰ ਜਿਹੜੇ ਹਨ ਇਹਨਾਂ ਨੂੰ ਜਮ੍ਹਾਂ ਕਰਵਾਉਣੇ ਪੈਣਗੇ ਇੱਥੇ ਦੱਸ ਜੀ ਕਿ 1 ਮਿਲੀਅਨ ਡਾਲਰ ਦਾ ਮਤਲਬ ਹੈ 10 ਲੱਖ ਡਾਲਰ ਤੇ ਜੇ ਆਪਾਂ 175 ਮਿਲੀਅਨ ਡਾਲਰ ਟੋਟਲ ਦੇਖੀ ਤਾਂ तकरीबन 1.57 ਕਰੋੜ ਅਮਰੀਕੀ ਡਾਲਰ ਇਹਨਾਂ ਨੂੰ ਜਿਹੜਾ ਪੇ ਕਰਨਾ ਪਵੇਗਾ ਉਹ ਵੀ ਜਿਹੜਾ ਟਾਈਮ ਹੈ ਜੀ ਇਹਨਾਂ ਨੂੰ 10 ਦਿਨ ਦਾ ਦਿੱਤਾ 10 ਦਿਨਾਂ ਦੇ ਵਿੱਚ ਵਿੱਚ ਜਿਹੜੀ ਰਕਮ ਪੇ ਕਰਨੀ ਪਵੇਗੀ ਕਿਉਂਕਿ ਇਹਨਾਂ ਦੇ ਉੱਤੇ ਫਾਈਨੈਂਸ਼ੀਅਲ ਤੇ ਟੈਕਸ ਕਰਾਇਮ ਜਿਹੜੇ ਸੰਕੂਜਿਨਾਂ ਦੇ ਉੱਤੇ ਲਾਏ ਗਏ ਸਨ ਹੁਣ ਚਲਦੇ ਹਾਂ ਜੀ ਨੈਕਸਟ ਖਬਰ ਦੇ ਉੱਤੇ ਜਿਸ ਤਰ੍ਹਾਂ ਕਿ ਇੱਕ ਇਲਾਕਾ ਪੈਂਦਾ ਹੈ ਪੰਜਾਬ ਦਾ ਬੁੱਢਲਾਡਾ ਇਥੋਂ ਨੌਜਵਾਨ ਸ਼੍ਰੀਨੰਦਪੁਰ ਸਾਹਿਬ ਜਾ ਰਹੇ ਸਨ ਹੋਲੇ ਮਹੱਲੇ ਦੇ ਉੱਪਰ ਜੋ ਜਾਣਕਾਰੀ ਮਿਲੀ ਉਹਦੇ ਵਿੱਚ ਇਹ ਦੱਸਿਆ ਗਿਆ ਕਿ ਮੋਟਰਸਾਈਕਲਾਂ ਦੇ ਰਾਹੀਂ ਸ਼੍ਰੀਨੰਦਪੁਰ ਸਾਹਿਬ ਜਾ ਰਹੇ ਸਨ ਤੇ ਚੰਨ ਕੀ ਚੀਮਾ ਮੰਡੀ ਨਜ਼ਦੀਕ ਇੱਕ ਟਰੈਕਟਰ ਟਰਾਲੀ ਦੇ ਨਾਲ ਇਹਨਾਂ ਦੇ ਮੋਟਰਸਾਈਕਲ ਦੀ ਜਿਹੜੀ ਟੱਕਰ ਹੋ ਜਾਂਦੀ ਹੈ ਤੇ ਜਿਹੜੇ ਟੋਟਲ ਨੌਜਵਾਨ ਸਣੇ 6 ਨੌਜਵਾਨ ਦੱਸਿਆ ਗਿਆ ਕਿ ਮੋਟਰਸਾਈਕਰਾਂ ਦੇ ਉੱਤੇ ਜਾ ਰਹੇ ਸਨ ਜਿਹਦੇ ਵਿੱਚੋ ਅਚਾਨਕ ਟੱਕਰ ਹੋ ਜਾਣ ਦੇ ਕਾਰਨ ਦੋ ਨੌਜਵਾਨਾਂ ਦੀ ਜਿਹੜੀ ਮੌਕੇ ਦੇ ਉੱਤੇ ਹੀ ਮੌਤ ਹੋ ਜਾਂਦੀ ਹੈ। ਇਹਨਾਂ ਦੇ ਵਿੱਚ ਇੱਕ ਦੀ ਉਮਰ ਜਿਹੜੀ ਸੀ 22 ਸਾਲ ਦੀ ਸੀ ਤੇ ਨਾਮ ਜਿਹੜਾ ਹੈ ਗੋਪਾਲ ਸਿੰਘ ਪੁੱਤਰ ਨੱਥਾ ਸਿੰਘ ਬੁੱਢਾਡਾ ਤੇ ਦੂਸਰਾ ਜਿਹੜਾ ਨੌਜਵਾਨ ਸੀ ਆਕਾਸ਼ਦੀਪ 19 ਸਾਲ ਦੀ ਉਮਰ ਪੁੱਤਰ ਦਰਸ਼ਨ ਸਿੰਘ ਪਿੰਡ ਬਰੇ। ਹੁਣ ਵੀਡੀਓ ਦੇ ਲਾਸਟ ਵਿੱਚ ਜਿਹੜਾ ਇੱਕ ਹੈਲਥ ਦੇ ਨਾਲ ਸੰਬੰਧਿਤ ਕੋਈ ਨੋਕੀ ਜਿਹੜਾ ਅਪਡੇਟ ਹੁੰਦਾ ਜੀ ਉਹਦੇ ਬਾਰੇ ਗੱਲ ਕਰਾਂਗੇ। ਜਿਹੜੇ ਲੋਕ ਸ਼ਾਕਾਹਾਰੀ ਹਨ ਮੀਟ ਵਗੈਰਾ ਆਂਡੇ ਵਗੈਰਾ ਨਹੀਂ ਖਾਂਦੇ। ਉਹਨਾਂ ਦੇ ਬਾਤ ਜਿਹੜੀ ਪ੍ਰੋਟੀਨ ਹੈ ਜੀ ਉਹ ਕਿੱਥੋਂ ਲੈਣਗੇ ਤਾਂ ਜਿਹੜੀ ਉਹਨਾਂ ਨੂੰ ਤਾਕਤ ਮਿਲੇ ਇਸੇ ਤੇ ਤੁਹਾਨੂੰ ਇਹ ਦੱਸ ਦਈਏ ਕਿ ਜ਼ਰੂਰੀ ਨਹੀਂ ਹੈ ਕਿ ਤੁਸੀਂ ਮਾਸ ਮੱਛੀ ਆਂਡੇ ਦੇ ਵਿੱਚੋਂ ਹੀ ਪ੍ਰੋਟੀਨ ਲੈਣੀ ਹੈ ਜਿਹੜੇ ਲੋਕ ਸ਼ਾਕਾਹਾਰੀ ਹੁੰਦੇ ਨੇ ਉਹ ਵੀ ਜਿਹੜੀ ਲੋੜੀਂਦੀ ਮਾਤਰਾ ਵਿੱਚ ਪ੍ਰੋਟੀਨ ਲੈ ਸਕਦੇ ਹਨ ਜਿੱਦਾਂ ਕਿ ਸੋਇਆਬੀਨ ਇਹਦੇ ਵਿੱਚ ਵੀ ਬਹੁਤ ਜ਼ਿਆਦਾ ਪ੍ਰੋਟੀਨ ਹੁੰਦੀ ਹੈ 100 ਗ੍ਰਾਮ ਸੋਇਆਬੀਨ ਦੇ ਵਿੱਚ ਦੱਸਿਆ ਗਿਆ ਕਿ 36 ਗ੍ਰਾਮ ਪ੍ਰੋਟੀਨ ਹੁੰਦੀ ਹੈ ਬਾਕੀ ਜਿਹੜੇ ਛੋਲੇ ਹੁੰਦਿਆਂ ਨੇ ਇਹਨਾਂ ਦੇ ਵਿੱਚ ਵੀ 100 ਗ੍ਰਾਮ ਦੇ ਵਿੱਚ 19 ਗ੍ਰਾਮ ਪ੍ਰੋਟੀਨ ਹੁੰਦੀ ਹੈ ਤੁਸੀਂ ਇਹਨਾਂ ਨੂੰ ਵੀ ਖਾ ਸਕਦੇ ਹੋ ਬਦਾਮ ਤੇ اخਰੂਟ ਜਿਹੜੇ ਹਨ 100 ਗ੍ਰਾਮ ਬਦਾਮਾਂ ਦੇ ਵਿੱਚ ਦੇਖੀਏ ਤਕਰੀਬਨ 21 ਗ੍ਰਾਮ ਜਿਹੜਾ ਪੰਜਵਾਂ ਹਿੱਸਾ ਪ੍ਰੋਟੀਨ ਹੀ ਹੁੰਦੀ ਹੈ 100 ਗ੍ਰਾਮ اخਰੂਟ ਦੇ ਵਿੱਚ 15 ਗ੍ਰਾਮ ਪ੍ਰੋਟੀਨ ਹੁੰਦੀ ਹੈ ਇਸ ਤੋਂ ਇਲਾਵਾ ਜਿਹੜੇ ਡੇਅਰੀ ਪ੍ਰੋਡਕਟ ਹੁੰਦੇ ਹਨ ਜਿੱਦਾਂ ਕਿ ਪਨੀਰ ਹੋ ਗਿਆ ਮੋਸਰੇਲਾ ਹੋ ਗਿਆ ਦੁੱਧ ਹੋ ਗਿਆ ਦਹੀਂ ਇਹਨਾਂ ਦੇ ਵਿੱਚ ਵੀ ਪ੍ਰੋਟੀਨ ਜਿਹੜੀ ਚੰਗੀ ਮਾਤਰਾ ਦੇ ਵਿੱਚ ਹੁੰਦੀ ਹੈ ਸਗੋਂ ਨਾਲ ਹੀ ਜਿਹੜਾ ਕੈਲਸ਼ੀਅਮ ਵੀ ਇਹਨਾਂ ਦੇ ਵਿੱਚ ਪਾਇਆ ਜਾਂਦਾ ਹੈ ਬਾਕੀ ਜਿਹੜੀ ਇੱਕ ਦਾਲ ਹੈ ਜੀ ਮੂੰਗੀ ਦੀ ਦੇ ਵਿੱਚ 15 ਗ੍ਰਾਮ ਪ੍ਰੋਟੀਨ 100 ਗ੍ਰਾਮ ਦੇ ਵਿੱਚ ਨਿਕਲਦੀ ਹੈ ਜੀ ਆਪਾਂ ਮੂੰਫਲੀ ਦੀ ਗੱਲ ਕਰੀ ਤਾਂ ਮੂੰਫਲੀ ਦੇ ਵਿੱਚ ਜਿਹੜਾ ਹੈ ਜੀ तकरीबन ਜੇ ਆਪਾਂ 1.5 ਦਾ ਅੱਧਾ ਕੱਪ ਸੋਰੀ ਮੂੰਫਲੀ ਦਾ ਦੇਖੀਏ ਅੱਧਾ ਕੱਪ ਤੇ ਇਹਦੇ ਵਿੱਚੋਂ ਦੱਸਿਆ ਗਿਆ ਹੈ ਕਿ 20.5 ਗ੍ਰਾਮ ਜਿਹੜੀ ਪ੍ਰੋਟੀਨ ਮਿਲਦੀ ਹੈ ਸੋ ਜਿਹੜੀਆਂ ਇਸ ਤਰ੍ਹਾਂ ਹੈ ਕਿ ਰੱਬ ਨੇ ਜਿਹੜੀਆਂ ਸਾਰੀਆਂ ਚੀਜ਼ਾਂ ਬਣਾ ਕੇ ਰੱਖੀਆਂ ਹੋਈਆਂ ਇਹ ਨਹੀਂ ਗੱਲ ਹੈ ਕਿ ਸਿਰਫ ਜਿਹੜਾ ਹੈ ਜੀ ਅੰਡੇ ਮੀਟ ਮੱਛੀ ਦੇ ਵਿੱਚੋਂ ਹੀ ਪ੍ਰੋਟੀਨ ਮਿਲਦੀ ਹੈ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਹਨ ਜਿਹੜੇ ਵੀ ਸ਼ਾਕਾਹਾਰੀ ਹਨ ਉਹਨਾਂ ਚੀਜ਼ਾਂ ਦੇ ਵਿੱਚੋਂ ਪ੍ਰੋਟੀਨ ਲੈ ਸਕਦੇ ਹਨ ਬਾਕੀ ਵੀਡੀਓ ਦੇ ਲਾਸਟ ਵਿੱਚ ਇੱਕ ਜਿਹੜਾ ਹੈ ਜੀ ਸਾਰੇ ਵੀਰਾਂ ਨੂੰ ਬੇਨਤੀ ਕਰਨੀ ਹੈ ਕਿ ਜਿਸ ਜਿਸ ਇਲਾਕੇ ਦੇ ਵਿੱਚ ਵੀ ਤੁਸੀਂ ਰਹਿੰਦੇ ਹੋ ਆਪਣੇ ਸ਼ਹਿਰ ਦਾ ਨਾਮ ਲਿਖ ਕੇ ਜਿੰਨਾ ਤੁਸੀਂ ਅਗਰ ਕਿਰਾਏ ਦੇ ਉੱਪਰ ਰਹ ਰਹੇ ਹੋ ਤਾਂ ਕਿਰਾਇਆ ਜਿਹੜਾ ਜਰੂਰ ਦਸਿਓ ਨੈਕਸਟ ਵੀਡੀਓ ਦੇ ਵਿੱਚ ਜਿਹੜਾ ਹੈ ਜੀ ਜਾਣਕਾਰੀ ਵੀਰਾਂ ਨੂੰ ਇਹਦੇ ਬਾਬਤ ਵੀ ਦੇਣੀ ਹੈ ਕਿ ਕਿਹੜੇ ਇਲਾਕਿਆਂ ਦੇ ਵਿੱਚ ਕਿੰਨਾ ਕਿਰਾਇਆ ਚੱਲ ਰਿਹਾ ਹੈ ਬਾਕੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਨੈਕਸਟ ਵੀਡੀਓ ਲੈ ਕੇ ਫਿਰ ਮਿਲਦੇ ਹਾਂ ਜੀ ਇੱਥੇ ਤੱਕ ਤੁਸੀਂ ਵੀਡੀਓ ਦੇਖੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ